ਬਖਤੌਰਿਆ ਹਵਾ ਬੜੀ ਤੇਜ਼ ਚੱਲ ਪਈ ਬਈ ਅੱਜ ਹੋਰ ਯਾਰ ਹਵਾ ਤਾਂ ਬਾਲੀ ਤੇਜ਼ ਚੱਲ ਪਈ ਕਣਕਾਂ ਵੀ ਪੱਕੀਆਂ ਪਈਆਂ ਨੇ ਹੋਰ ਆ ਕਣਕਾਂ ਤਾਂ ਆਈਆਂ ਲਿਆ ਐਵੇਂ ਨਾ ਕਿਤੇ ਗਰੀਬ ਮਾਰੀ ਹੋ ਜੇ ਕਿਸਾਨਾਂ ਨਾਲ ਗੜੇ ਮਾਰੀ ਕਰਦੇ ਰੱਬ ਹਰ ਵਾਰੀ ਐਂ ਹੁੰਦਾ ਵੀਰੇ ਔਖਾ ਹੋ ਜਾਏਗਾ ਕਿੰਨੀ ਮਿਹਨਤ ਕਰਕੇ ਵਿਚਾਰੇ ਹਨਾ ਕਣਕ ਨੂੰ ਪਾਲਦੇ ਨੇ ਬਹੁਤ ਮਿਹਨਤ ਕਰਨੀ ਪੈਂਦੀ ਆ ਫੇਰ ਜਾ ਕੇ ਕਿਤੇ ਕਣਕ ਹੱਥੀ ਲੱਗਦੀ ਆ ਹੋਰ ਸਰਕਾਰਾਂ ਦੇਖ ਸਰਕਾਰਾਂ ਨੇ ਤਾਂ ਕੋਈ ਮੁੱਲ ਨਹੀਂ ਮੋੜਨਾ ਹੁੰਦਾ ਨਾ ਹਾਂ ਉਹਨਾਂ ਨੇ ਤਾਂ ਕੀ ਮੋੜਨਾ ਆਹੀ ਕਣਕ ਆਪਣੀ ਵੇਖ ਲੈ 20 ਰੁਪਏ ਕਿਲੋ ਲੈਂਦੇ ਨੇ ਜਦੋਂ ਪੈਕਟਾਂ ਜੇ ਵਿੱਚ ਪਾ ਦਿੰਦੇ ਨੇ 100 120 ਨੂੰ ਮਿਲਦੀ ਐ ਕਦੇ ਜਾ ਕੇ ਦੁਕਾਨ ਤੋਂ ਪੁੱਛੀ ਉਹ ਇੱਕ ਪਤਾ ਨਹੀਂ ਕਿਹੜੇ ਨਵੇਂ-ਨਵੇਂ ਸ਼ੋਅਰੂਮ ਜੇ ਖੁੱਲੇ ਹੋਏ ਨੇ ਕਿਲੋ ਕੋ ਆਟਾ ਹੁੰਦਾ ਵਿੱਚ 75 ਦਾ ਕਿਲੋ ਨਾ 120 30 ਦਾ ਪੈਕਟ ਮਿਲਦਾ ਐ ਇੰਨਾ ਮਹਗਾ ਲੈ ਚੱਲਿਆ ਮੈਂ ਕਿਹਾ ਸੀ ਇੱਕ ਦਿਨ ਅੱਛਾ ਮੇਰੇ ਸਾਲੇ ਦੇ ਮੈਂ ਕਿਹਾ ਆਪਣਾ ਆਟਾ ਜਾਂ ਕੋਲ ਹੀ ਰੱਖੋ ਮੈਂ ਤਾਂ ਪਿੰਡ ਵਾਲੀ ਚੱਕੀ ਤੋਂ ਹੀ ਲੈ ਲਾਂਗਾ 25 ਰੁਪਏ ਕਿਲੋ ਇਹ ਤਾਂ ਬਾਈ ਫਿਰ ਆਪਣੇ ਨਾਲ ਬਾੜੀ ਮਾੜੀ ਕਰਦੇ ਨੇ ਓਏ ਯਾਰ ਇਹ ਕਿਸਾਨਾਂ ਦਾ ਦੁੱਖ ਕੋਈ ਨਹੀਂ ਜਾਣ ਸਕਦਾ ਆ ਜਿਹੜੇ ਵੱਡੇ ਵੱਡੇ ਪਲਾਂਟ ਲੱਗ ਗਏ ਨੇ ਇਹਨਾਂ ਨੇ ਤਾਂ ਪੱਟਤਾ ਪੰਜਾਬ ਤਾਂ ਖਤਮ ਕਰਤਾ ਤੇ ਸਾਰਾ ਦੇਸ਼ ਹੀ ਖਤਮ ਮੈਂ ਬਾਈ ਯਾਰ ਤੇ ਸਰਕਾਰਾਂ ਨੇ ਬੇੜਾ ਕਰਕੇ ਕੀਤਾ ਹੈ ਇਹ ਸਰਕਾਰਾਂ ਦਾ ਵੀ ਬਸ ਸਰਿਆ ਹੀ ਪਿਆ ਓ ਜਲਿਆ ਸ਼ੁਕਰ ਕਰ ਬਿੱਲ ਰੱਦ ਹੋ ਗਏ ਉਹ ਲਾਗੂ ਹੋ ਜਾਂਦੇ ਨਾ ਤਾਂ ਫਿਰ ਲੱਗ ਜਾਂਦਾ ਪੱਤਾ ਜਿਹੜਿਆ ਮਾਲਕ ਬਣਦੇ ਆ ਆਪਾਂ ਜ਼ਮੀਨਾਂ ਦੇ ਇੱਥੇ ਕਿਸੇ ਨੇ ਪੁੱਛਣਾ ਸੀ ਜਿਹੜਾ ਥਾਰ ਗੱਡੀਆਂ ਲੈ ਕੇ ਘੁੰਮ ਰਹੇ ਨੇ ਅੱਛਾ ਅੱਜ ਕੱਲ੍ਹ ਵਾਲੇ ਮੁੰਡੇ ਸੱਸੀ ਗਾ ਬਾਈ ਜੀ ਸੱਤਰੀ ਗਾਲ ਕੁੱਦਿਆ ਤੂੰ ਸਵੇਰੇ ਸਵੇਰੇ ਕਿਧਰੋਂ ਉਹ ਬਾਈ ਮੈਂ ਨਾ ਇੱਥੇ ਜੰਗਲ ਪਾਣੀ ਆਇਆ ਸੀ ਅੱਛਾ ਅੱਛਾ ਉੱਤਰ ਗਈ ਆਹਾ ਉੱਤਰ ਗਈ ਉੱਤਰ ਗਈ ਸੋਖੀ ਉੱਤਰ ਗਈ ਸੋਖੀ ਉੱਤਰ ਗਈ ਸੋਖੀ ਚੱਲ ਹੋਰ ਸੁਣਾ ਮੈਂ ਸੁਣਿਆ ਮੈਂ ਕਿਹਾ ਬਖਤੋਰੇ ਦੀ ਆਵਾਜ਼ ਆ ਮੈਂ ਮਾਚਲ ਭਾਈਆਂ ਨੂੰ ਮਿਲਿਆ ਹੀ ਏ ਉਹ ਅਸੀਂ ਤਾਂ ਕੁੱਦਿਆਂ ਗੱਲਾਂ ਕਰਦੇ ਸੀ ਕਣਕਵਾਲੜੀ ਦੀ ਗੱਲਾਂ ਕਰਦੇ ਸੀ ਤੈਨੂੰ ਪਤਾ ਹੀ ਕੰਮਕਾਰ ਵਾਲੇ ਬੰਦੇ ਆ ਉਹ ਫਿਰਦਾ ਚੰਡੀਗੜ੍ਹ ਵਾਲਾ ਮੁੰਡਾ ਵਿਹਲਾ ਬਖਤੌਰਿਆ ਲਾ ਲੈਂਦਾ ਕਾਰਡ ਫਿਰ ਗੇੜਾ ਮਾਰਾਂਗੇ ਕਣਕਲ ਉਹ ਨਹੀਂ ਹੋ ਜਾ ਲਿਆ ਮੈਦਾ ਲਾ ਕੇ ਆ ਜਿਆਦਾ ਹੋ ਜਾਏਗਾ ਉਹ ਮੈਂ ਤਾਂ ਤੇਰੇ ਵਾਸਤੇ ਲਿਆ ਸੀ ਮੈਂ ਖਾ ਆ ਕੁੱਦੇ ਨੂੰ ਲਵਾ ਮੈਂ ਕੁੱਦਿਆ ਇੱਥੇ ਬੈ ਬਈ ਆ ਕੀ ਸ਼ੈ ਉਹ ਸ਼ੈ ਫਿਰ ਦੱਸਾਂਗੇ ਤੂੰ ਬੈ ਇੱਥੇ ਖਾ ਕੇ ਤਾਂ ਵੇਖ ਇਹ ਚੂਰਨ ਹੈ ਚੂਰਨ ਉਹ ਨਾਣਾ ਬਾਈ ਕਿਤੇ ਹੋ ਰਿਹਾ ਹੈ ਕਿੰਨਾ ਮਸਾਲਾ ਬਣਿਆ ਦੇਖ ਤੂੰ ਦਾਣੇਦਾਰ ਚੂਰਨ ਹੈ ਢੋਲੇ ਦੀਆਂ ਲਾਏਗਾ ਢੋਲੇ ਦੀਆਂ ਉਹ ਬਾਈ ਕਦੇ ਖਾਦਾ ਨਹੀਂ ਮੈਂ ਉਹ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਨੁਕਸਾਨ ਨਹੀਂ ਹੈਗਾ ਇਹ ਤਾਂ ਤਰਸਦੇ ਨੇ ਲੋਕ ਮਿਲਦਾ ਬੜਾ ਔਖਾ ਚੂਰਨ ਤੂੰ ਸੱਟ ਕਾੜ ਮਾਰ ਅੰਦਰ ਵਿਕਾ ਨਹਿ ਰੋਂਦਾ ਵਿਕਾ ਨਹਿ ਰੋਂਦਾ ਇੱਥੇ ਨੇੜੇ ਤੇੜੇ ਨਹੀਂ ਮਿਲਦਾ ਇਹ ਅੱਛਾ ਹਾਂ ਲੈ ਸੋ ਕਹ ਲੈੰਦਾ ਅੱਗੇ ਵੇਖ ਥੋੜਾ ਅੱਗੇ ਤਾਂ ਵੇਖ ਤਾਲੀ ਤੇ ਮਾਰ ਹੁਣ ਕਾੜਨੀ ਹੈ ਕਾੜ ਦੇ ਇਹਨੂੰ ਉਹ ਕਾੜ ਮੈਂ ਤਾਂ ਕਾੜ ਨਾਲ ਸਰਦਾ ਆਪਣਾ ਹੱਕ ਤੋਰਿਆ ਕਿਤੇ ਫੱਕਿਆਂ ਵਾਲੇ ਆਪਾਂ ਦਾ ਫੱਕਿਆਂ ਤੇ ਚਾਲੇ ਨੂੰ ਵੀ ਫੱਕੀ ਮਾਰ ਲੈਣ ਤੇ ਖਾਈ ਥੋੜਾ ਜਾਮ ਹੋ ਜਾਂਦੀ ਹੈ ਕਹਿੰਦੇ ਬਾਦਸ਼ਾਹ ਕੇ ਭਾਈ ਟੱਟੀਆਂ ਵਾਲੀ ਦਵਾਈ ਦੇ ਦੋ ਉਹ ਵੀ ਆਪਾਂ ਨੂੰ ਹੀ ਕਰਨਾ ਪੈਣਾ ਹੀ ਲਾ ਮਾਰ ਅੰਦਰ ਕੀ ਵੇਖਦਾ ਹੈ ਬਾਈ ਸੱਚੀ ਨਹੀਂ ਕੁਛ ਹੁੰਦਾ ਓਏ ਦਾ ਬਹੁਤ ਅਜ ਤੱਕ ਸਾਨੂੰ ਕੁਛ ਹੋਇਆ ਚੂਰਨੇ ਠੀਕ ਹੋ ਜਾਏਗਾ ਆਜਮਾ ਉਜਮਾ ਤੇਰਾ ਮਾਰ ਅਸੀਂ ਵੀ ਤਾਂ ਤੁਰੇ ਫਿਰਦੇ ਆ ਦੇਖ ਉਹ ਕੰਜਰਾ ਦਾੜੀ ਮੋਚੀ ਲਵੇੜ ਲਈ ਪਾਣੀ ਪੀ ਪੀ ਲੈ ਪਤੰਦਰਾ ਖਿੱਚ ਔਖਾ ਹੋ ਜਾਣੀ ਆ ਬਣੀ ਨਾ ਗੱਲ ਚੱਲਿਆ ਮੁੰਡਾ ਤਾਂ ਵੇਖ ਪਾੜੂ ਮੁੰਡਾ ਪਾੜ ਓਹੋ ਕੀ ਹੋ ਗਿਆ ਈ ਵੇ ਬੜਾ ਕੋੜਾ ਦੀ ਯਾਰ ਉਹ ਬਚੂਰਨਾ ਚੂਰਨ ਦਾ ਕੋੜਾ ਕੋੜਾ ਹੀ ਹੁੰਦਾ ਕਿੱਥੇ ਪਤਾ ਤੈਨੂੰ ਕਿੰਨੇ ਵੱਡੇ ਬਾਬੇ ਤੋਂ ਬਣਵਾ ਕੇ ਲਿਆਏ ਆ ਨਹੀਂ ਪਤਾ ਜੰਗਲ ਬਾਂਦਰ ਨੂੰ ਆਦੇ ਦੇ ਸਵਾਦ ਦਾ ਕੀ ਪਤਾ ਚਲ ਠੀਕ ਹੈ ਭਾਈ ਮੈਂ ਚਲਦਾ ਹਾਂ ਉਹ ਕੁੱਤਿਆ ਤੇਰੀ ਚੰਡੀਗੜ੍ਹ ਵਾਲੀ ਕਿਵੇਂ ਠੀਕ ਆ ਹੁਣ ਹਾਂ ਹਾਂ ਭਾਈ ਠੀਕ ਠਾਕ ਵਧੀਆ ਲੈ ਨਾ ਨਿਆਰੇ ਆਪਾਂ ਨਾਲ ਜਲਦੀ ਜਾਵਾਂਗੇ ਕੋਠੀ 'ਚ ਟੈਨਸ਼ਨ ਨਾ ਲੈ ਤੂੰ ਹਾਂ ਬਾਤ ਨਹੀਂ ਬਾਈ ਕੋਈ ਗੱਲ ਨਹੀਂ ਹਾਂ ਕਵਰਾਈ ਨਾ ਕਿਸੇ ਗੱਲੋਂ ਬਾਈ ਦਰਸ਼ੀ ਨੂੰ ਨਾ ਦੱਸੀ ਆਹ ਸਾ ਜੰਦਾ ਨਾ ਜਾਂਦਾ ਕਦੇ ਅਸੀਂ ਦੱਸ ਸਕੀ ਕੀ ਲੈਣ ਤੂੰ ਸਾਡਾ ਆੜੀ ਬਣ ਗਿਆ ਹੁਣ ਜਾ ਜਾ ਲੰਘ ਜਾ ਲੰਘ ਜਾ ਲੈ ਵੀ ਬਖਤੌਰਿਆ ਜਾਂਦਾ ਟਹਿਲਦਾ ਦੇਖ ਚੰਡੀਗੜ੍ਹ ਵਾਲੀ ਨਾ ਫਿਰ ਹਾਂ ਜਾਂ ਤੇ ਚੰਗੀ ਤੇਰਾ ਰਹਿ ਜੇਗੀ ਤੇ ਜਾ ਫਿਰ ਛੱਡ ਜੇਗੀ ਜਾ ਫਿਰ ਛੱਡ ਦੇਗੀ ਜਿੱਦਾਂ ਮੋਟਾ ਕਾੜ ਮਾਰਿਆ ਨਾ ਪਤੰਦਰ ਨੇ ਇਹ ਇਹ ਤਾਂ ਲੀਕਾ ਕਢਾਉ ਅੱਜ ਚੱਕਲਾ ਸੁੰਦਰ ਰੱਖ ਚੱਲੀਏ ਯਾਰ ਆਹੋ ਆਹ ਪਿਆਰ ਰਹਿਣ ਦੇ ਆਪਾਂ ਫੇਰ ਲੈ ਜਾਾਂਗੇ ਇੱਥੇ ਕਿੰਨੇ ਆਣਾ ਰਹਿਣ ਦੇ ਯਾਰ ਨੇ ਆਪਣੀ ਮੋਟਰ ਤੇ ਮਰਨਾ ਕਿਸੇ ਨੇ ਆ ਕੇ ਚੱਲ ਨਾਲ ਕਹੋਗੇ ਮੈਂ ਤਾਂ ਭੱਜ ਭੱਜ ਕੰਮ ਕਰਾਂ ਹੁਣ ਤੁਸੀਂ ਮੈਨੂੰ ਪਿਆਰ ਨਾਲ ਕਹਿ ਰਹੇ ਹੋ ਨਹੀਂ ਦਿਲ ਤੋਂ ਤਾਂ ਮੇਰੇ ਕੁਝ ਨਹੀਂ ਹੁੰਦਾ ਬਸ ਜ਼ਬਾਨੀ ਕੋੜੀ ਥੋੜੀ ਜੀ ਆ ਉਹ ਤਾਂ ਮੈਨੂੰ ਦੱਸਦਾ ਹੁੰਦਾ ਕੁੱਦਾ ਅੱਛਾ ਚੱਲ ਲੈ ਅਹੀਂ ਤੇ ਘਰ ਦੇ ਕੰਮ ਕਰ ਸਾਹਮਣੇ ਰਹੀ ਕੀ ਪਤਾ ਮੇਰੇ ਦਿਲ ਜਿੱਤੀ ਲਵੇ ਹੌਲੀ ਹੌਲੀ ਸਿੱਖ ਜਾਣਾ ਇਹ ਕ ਝੂਲਦਾ ਜਿਹਾ ਹੁੰਦਾ ਬੱ ਤੈਨੂੰ ਕੀ ਹੋਇਆ ਭੈਣੇ ਝੂਟੇ ਚ ਲੈਿੰਦਾ ਆ ਨਾ ਵਾ ਕੁਝ ਨਹੀਂ ਹੋਇਆ ਭੈਣੇ ਕੀ ਹੋ ਗਿਆ ਹੋਇਆ ਤਾਂ ਕੁਝ ਨਹੀਂ ਅਸੀਂ ਤਾਂ ਘਰ ਦੀਆਂ ਗੱਲਾਂ ਕਰਦੇ ਪਏ ਪਹਿਲਾਂ ਮੈਨੂੰ ਤੂੰ ਦੱਸ ਤੂੰ ਕਿੱਥੋਂ ਆ ਰਿਹਾ ਵਾ ਉਹ ਭੈਣੇ ਮੈਂ ਨਾ ਉਹਨਾਂ ਕੋਲ ਬੈਠਾ ਸੀ ਕਿੰਨਾਂ ਕੋਲੇ ਉਹ ਜਿਹੜੇ ਇੱਥੇ ਆਪਣੇ ਘਰ ਆਉਂਦੇ ਨੇ ਵਖਤੋਰੇ ਹੋਣੀ ਹਾਂ ਵੀ ਉਹਨਾਂ ਮਲੰਗਾ ਕੋਲੇ ਕੀ ਕਰਦਾ ਸੀ ਤੂੰ ਬਸ ਉਹਨਾਂ ਨੇ ਮੈਨੂੰ ਆਵਾਜ਼ ਮਾਰ ਲਈ ਕਹਿੰਦੇ ਝੱਟ ਬਹਿ ਜਾ ਸਾਡੇ ਕੋਲ ਹਾਂ ਤੇ ਮੈਂ ਬਹਿ ਗਿਆ ਉਹਨਾਂ ਚੜਾ ਕੇ ਉਹਨਾਂ ਨੇ ਭੈਣੇ ਪਤਾ ਨਹੀਂ ਕੀ ਚੂਰਨ ਦੀਆ ਖਵਾਤਾ ਮੈਨੂੰ ਚੂਰਨ ਹਾਂ ਵੀ ਕਿਹਦੇ ਨੂੰ ਕਾਰਡ ਕੋੜਤੇ ਨਹੀਂ ਲਵਾਤਾ ਉਹਨਾਂ ਨੇ ਹਾਂ ਹਾਂ ਭੈਣੇ ਕਾਰਡ ਕਾਰਡ ਹੀ ਕਹਿੰਦਾ ਸੀ ਜੱਲਾ ਕਹਿੰਦਾ ਕਾਰਡ ਲਾ ਲੈ ਹਾਏ ਰੱਬਾ ਮੇਰੇ ਕੰਜਰਾਂ ਦਾ ਬੇੜਾ ਅੱਗੇ ਤਾਂ ਪਿੰਲਾ ਉਹਨੂੰ ਚੋਰੇ ਨੂੰ ਲਾਇਆ ਹੀਗਾ ਹੁਣ ਤਿੰਨ ਨੂੰ ਮਿਲਾਤਾ ਐਣੇ ਕੀ ਹੁੰਦਾ ਹੈ ਜਿਹੜਾ ਤੂੰ ਡੱਫ ਕੇ ਆਇਆ ਉਹੀ ਹੁੰਦਾ ਇਹ ਭੈਣ ਤਾਂ ਜਿੱਦਾਂ ਲਾਉਂਦੀ ਰਹੀ ਆ ਭੈਣ ਨੂੰ ਇਦਾਂ ਪੁੱਛਦਾਗਾ ਦੀਦੀ ਉਹ ਕੀ ਹੁੰਦਾ ਚੋਰ ਨੂੰ ਹੁੰਦਾ ਹਾਜਮੇ ਵਾਲਾ ਖਾਣਾ ਤੂੰ ਫਿਰ ਉਹ ਤਾਂ ਚੰਗਾ ਹੁੰਦਾ ਲਿਆ ਦਿੰਨੀ ਆ ਕੋਈ ਨਹੀਂ ਕੀ ਇਹ ਦੂਜੇ ਵਾਲੇ ਵੇਖੀ ਜਾਂਦੇ ਜੇ ਮੈਂ ਤੂੰ ਨਾ ਉਹਨਾਂ ਕੋਲ ਵਿਆਹ ਕਰ ਨਾ ਵਿਆਹ ਕਰ ਉਹਨਾਂ ਕੋਲੇ ਉਠੀ ਆਤਾ ਪਾ ਦੇਣੀ ਤੇ ਨੂੰ ਉਹਨਾਂ ਨੇ ਨਹੀਂ ਪਾਣੇ ਬੰਦੇ ਦਾ ਵਧੀਆ ਨਹੀਂ ਬੇ ਬੰਦੇ ਵਧੀਆ ਅੱਛਾ ਨਹੀਂ ਵਧੀਆ ਉਹਨਾਂ ਦੇ ਕੁੱਦੇ ਮੈਨੂੰ ਵੀ ਲਿਆ ਦਿੰਦਾ ਚੂਰਨ ਮੇਰਾ ਵੀ ਪੇਟ ਖਰਾਬ ਹੋ ਰਿਹਾ ਮੇਰਾ ਵੀ ਹਾਜਮਾ ਨਹੀਂ ਦਾ ਕਰਦਾ ਪੀਤਾ ਹੁਣ ਜਾਵਾਂਗਾ ਲੈ ਕੇ ਆਵਾਂਗਾ ਮੈਂ ਦੋਵੇਂ ਜਣੇ ਚੱਲ ਜਿਓ ਸ਼ਰਮ ਨਹੀਂ ਆਉਂਦੀ ਕਹਿਣ ਲੱਗੇ ਇਹਨੂੰ ਕਦੀ ਵੀ ਤੁਸੀਂ ਆਪ ਹੀ ਤੇ ਕਹਿ ਰਹੇ ਹੋ ਹਾਜਮੇ ਵਾਲਾ ਚੂਰਨ ਨਹੀਂ ਬੋਲਿਆ ਬੱਦਲ ਬੋਲਿਆ ਬੱਦਲ ਸਮਝ ਜਾਇਆ ਕਰੋ ਕਿਤੇ ਸਾਰੀ ਗੱਲ ਦੱਸਿਆ ਕਰਾਂ ਤੁਹਾਨੂੰ ਮੈਂ ਪਾਣੇ ਉਹ ਦਰਚੀ ਦਾ ਵੀ ਨਾਂ ਲੈਂਦੇ ਸੀ ਕਹਿੰਦੇ ਦਰਚੀ ਗੋਲ ਵੀ ਹੁੰਦਾ ਵੀ ਉਹਦੇ ਅੱਗੇ ਡੱਫਦਾ ਵਾ ਉਸ ਤੋਂ ਅੱਗੇ ਵਗਾੜਿਆ ਉਹਨਾਂ ਨੇ ਉਹਦਾ ਕੰਮ ਕਰ ਜੋਗਾ ਛੱਡਿਆ ਹੀ ਨਹੀਂ ਜਮਾ ਹੀ ਉਹਨਾਂ ਨੇ ਦਰਚੀ ਖਾਂਦੇ ਵੀ ਖਾਂਦੇ ਤਾਂ ਇਹਦੇ ਘਰ ਨਹੀਂ ਵਰਦਾ ਸਾਰੇ ਦਿਨ ਉਹਨਾਂ ਕੋਲ ਰਹਿੰਦਾਗਾ ਅੱਛਾ ਮੈਂ ਵੀ ਪਾਜੀ ਤੋਂ ਲਵੂੰਗੀ ਚੂਰਨ ਲੈ ਕੇ ਦੇਖੀ ਨੂੰ ਕਰੀ ਹੱਥ ਅੱਗੇ ਉਹਨਾਂ ਦੇ ਕਿੱਡੇ ਛੋਗੜਾ ਕਹਿੰਦੀ ਲੈ ਕੇ ਦੇਖੂਗੀ ਮੈਂ ਉਹਨਾਂ ਤੋਂ ਤੇਰਾ ਹਜਮਾ ਤਾਂ ਮੈਂ ਐਸਾ ਹੀ ਕਰੂੰਗੀ ਰੁਕ ਜਾ ਜਰਾ ਚਲ ਠੀਕ ਹੈ ਭਾਣੇ ਮੈਨੂੰ ਪਾ ਲੈ ਲੰਦੇ ਮੈਨੂੰ ਨਾ ਪਰਾ ਪਰਾ ਯਾ ਲੱਗ ਰਿਆ ਕੁੰਮ ਰਿਆ ਮੇਰਾ ਪੈ ਜਾ ਵੀ ਹੋਰ ਤੂੰ ਕਰਨਾ ਵੀ ਕੀ ਹੁਣ ਤੂੰ ਜੇ ਹੁਣ ਦੁਬਾਰਾ ਮੈਨੂੰ ਉੱਥੇ ਉਹਨਾਂ ਕੋਲ ਜਾਂਦਾ ਦੇਖ ਗਿਆ ਨਾ ਦੇਖ ਲਈ ਮੇਰ ਤੋਂ ਬੁਰਾ ਕੋਈ ਨਹੀਂ ਡੰਡਾ ਚੱਕੂੰਗੀ ਤੇਰੇ ਤੇ ਉਹਨਾਂ ਦਿਵਾਲੇ ਚੱਲ ਤੂੰ ਵੀ ਕੰਮ ਨਿਬੇੜ ਕੇ ਅੰਦਰ ਆ ਰੋਟੀ ਬਣਾਈਏ ਮੈਂ ਚੂਰ ਨਾ ਲੈਣਾ ਬਾਜੀ ਤੋਂ ਤੈਨੂੰ ਪਹਿਲਾਂ ਦਵਾ ਨਾ ਲਿਆਵਾ ਚੂਰ ਨਾ ਲੈਣਾ ਬਾਜੀ ਤੋਂ ਤਨਨੇ ਵਿਤੂ ਨੂੰ ਜਮਾਤਾ ਨਹੀਂ ਨੀ ਆਇ ਨਾ ਦੇਖਾ ਕੀ ਰੱਖਿਆ ਅੱਜ ਸਬਜ਼ੀ ਰੱਖੀ ਹੋਈ ਆ ਨਹੀਂ ਦੀਦੀ ਸਬਜ਼ੀ ਨਹੀਂ ਰੱਖੀ ਗਰਮ ਪਾਣੀ ਰੱਖਿਆ ਗਰਮ ਪਾਣੀ ਅੱਜ ਕੱਲ ਗਰਮ ਪਾਣੀ ਦਾ ਕੌਣ ਨੂੰ ਹੁੰਦਾਗਾ ਇਹ ਤਾਂ ਕਮਲੀ ਤਾਂ ਨਹੀਂ ਹੋਗੀ ਕਿਤੇ ਇੱਕ ਤਾਂ ਬੰਨੇ ਧੂਏ ਚ ਮਾਰਤਾ ਤੁਸੀਂ ਫਿਰ ਗਰਮ ਪਾਣੀ ਬਣਾਉਣਾ ਕਿੰਨੇ ਕਿੰਨੇ ਡੁੱਬਣਾ ਇਹਦੇ ਨਾਲ ਕੁਦਦੇ ਨੇ ਡੁੱਬਣਾ ਕੁੱਦਾ ਕਹਿੰਦਾ ਮੈਂ ਗਰਮ ਪਾਣੀ ਨਾਲ ਨਹਾਉਣਾ ਉਹ ਤਾਂ ਠੰਡੇ ਨਾਲ ਨਹਾਉਂਦਾਗਾ ਫਿਰ ਮੈਨੂੰ ਨਹੀਂ ਪਤਾ ਅੱਜ ਉਹ ਕਹਿੰਦਾ ਮੈਂ ਤਾਂ ਗਰਮ ਪਾਣੀ ਨਾਲ ਨਹਾਉਣਾ ਗਰਮ ਪਾਣੀ ਨਾਲ ਇਹ ਰੱਬਾ ਮੈਨੂੰ ਤਾਂ ਹੁਣ ਚੇਤਾ ਆਇਆ ਉਹਨੇ ਕੰਜਰਾ ਨੇ ਕਾਰਡ ਲਵਾਇਆ ਸੀ ਉਹਨਾਂ ਨੂੰ ਤਾਂ ਗਰਮ ਪਾਣੀ ਮੰਗਦਾ ਨਹਾਉਣ ਲਈ ਉਹ ਉਹ ਤਾਂ ਹਾਜ਼ਮੇ ਵਾਲਾ ਚੂਰਨ ਸੀਗਾ ਪਤਾ ਨਹੀਂ ਕੀ ਕਾਰਡ ਇਹ ਤੇ ਤੇਰੇ ਨਹੀਂ ਸਮਝ ਪੈਂਦੀ ਕੁਛ ਚਾਰ ਜਮਾਤਾਂ ਨੇ ਪੜ੍ਹ ਕੇ ਲਈਆਂ ਸ਼ਹਿਰ ਦੀਆਂ ਮੇਰੀ ਹਵਾਈ ਹੋਰ ਹੋ ਗਈ ਪਈ ਆ ਇੱਥੇ ਰਹਿਂਗੀ ਨਾ ਤੈਨੂੰ ਸਾਰੀ ਮੱਤ ਆ ਜੂਗੀ ਕੀ ਕਾਰਡ ਕਾਰਡ ਲਾਇਆ ਖਪਾ ਮਾਰਿਆ ਮੈਨੂੰ ਅੱਗੇ ਉਹ ਨਹੀਂ ਦਰਸ਼ੀ ਘੱਟ ਸੀਗਾ ਦੋ ਜਣੇ ਹੋਰ ਰਲ ਗਏ ਕਮਲੀ ਘਰ ਤਾਂ ਮੈਨੂੰ ਤਾਂ ਇਹ ਤਾਂ ਮੈਨੂੰ ਲਾਦਾ ਪਾਗਲਖਾਨੇ ਭੇਜ ਕੇ ਛੱਡਣਗੇ ਜਿੰਨਾ ਮੈਨੂੰ ਖਪਾਉਂਦੇ ਇਹ ਚੱਲ ਉਹਨੂੰ ਦੇ ਆਈ ਉਥੇ ਬਾਥਰੂਮ ਚ ਰੱਖਾਂ ਹੀ ਪਾਣੀ ਅੱਗ ਵੀ ਲਾ ਦੇ ਹੁਣ ਪਾਥੀਆਂ ਲਾ ਦੇ ਚਾਰ ਕੇ ਮਾਸਾ ਨਹੀਂ ਲਾਈ ਜਾਨੀ ਆ ਇਹਨਾਂ ਦਾ ਧੂਆਂ ਕੀ ਤੇ ਤੁਸੀਂ ਗੀਜ਼ਰ ਲਵਾ ਲਓ ਨਾ ਪਾਤੀਆਂ ਗਿੱਲੀਆਂ ਲਾਤੀਆਂ ਤਾਂ ਤੂੰ ਉਹ ਹੋਇਆ ਤੇਰਾ ਕੁਛ ਲੱਗਦਾ ਮੈਨੂੰ ਨਹੀਂ ਮਚਾਉਣੀ ਆਉਂਦੀ ਫਿਰ ਇਹ ਪਰਿਓ ਮਚਾਉਣੀ ਨਹੀਂ ਆਉਂਦੀ ਕਰਨਾ ਤੈਨੂੰ ਪਤਾ ਨਹੀਂ ਕੀ ਹੁੰਦਾਗਾ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਇਹ ਤੋਂ ਤੁਸੀਂ ਗੀਜਰ ਲਗਵਾ ਲਓ ਹੁਣ ਕੌਣ ਤਰਦੇ ਚੁੱਲਿਆਂ ਤੇ ਪਾਣੀ ਲੱਗੇ ਗੀਜਰਾਂ ਨਾਲ ਬੜੀਆਂ ਸਾਡੀਆਂ ਫੈਕਟਰੀਆਂ ਚੱਲਦੀਆਂ ਨਾ ਗੀਜਰ ਲਾ ਲਓ ਗਿੱਜੀ ਗੀਜਰਾਂ ਦੀ ਮੈਨੂੰ ਵੀ ਮਾਰ ਤਾ ਤੂੰ ਇਹ ਚ ਮੈਂ ਤਾਂ ਕਦੇ ਉਹੀ ਨਹੀਂ ਬੈਠੀ ਚੁੱਲ੍ਹੇ ਮੁਰੇ ਨਹੀਂ ਹੱਥ ਪਾੜਾ ਹੱਥ ਪਾੜਾ ਹੁਣ ਬੈਠੀ ਨਹੀਂ ਚੁੱਲ੍ਹੇ ਮੁਰੇ ਗੈਂਸੀ ਖਾਨ ਹੋ ਰਹੀ ਤਾਂ ਤੈਨੂੰ ਕਰਕੇ ਚਿੱਲੇ ਦੀ ਅੱਗ ਤੈਨੂੰ ਚੰਗੀ ਨਹੀਂ ਲੱਗਦੀ ਚੱਲ ਪਾਣੀ ਗਰਮ ਹੁੰਦਾ ਦੇ ਉੱਥੇ ਬਾਥਰੂਮ ਚ ਪਾਣੀ ਬਾਲਟੀ ਚ ਪਾ ਲੈ ਨਹੀਂ ਤੇ ਠੰਡਾ ਪਾਣੀ ਭਰ ਕੇ ਉਹਦੇ ਉੱਤੇ ਮਾਰੀ ਕੰਜੇ ਨੂੰ ਹੋਸ਼ ਆਵੇ ਉਹਨੂੰ ਵੀ ਸ਼ੁਕਰ ਹੈ ਕਿਤੇ ਮੇਰੀ ਪੱਖ ਲੱਤੀ ਆ ਤੇ ਭੈਣ ਦੇ ਯਾਰਾਂ ਨੇ ਪਤਾ ਨਹੀਂ ਕੀ ਖਵਾਤਾ ਸੜੀ ਆਉਂਦੀ ਵੀ ਨਹੀਂ ਬਸ ਸਾਲਾ ਗੈਸ ਜਿਹੀ ਨਿਕਲੀ ਜਾਂਦਾ ਬਕੀ ਰੋਲਾ ਪਾਈ ਜਨਾ ਮੈਂ ਨਾਲੇ ਉੱਥੇ ਨਹੀਂ ਕੀ ਘੁੰਮੀ ਜਨਾਗਾ ਆਪਾਂ ਨੇ ਮੈਂ ਟਾਇਲਟ ਗਿਆ ਸੀ ਐਨਾ ਚਿਰ ਉੱਥੇ ਕੀ ਕਰਦਾ ਸੀਗਾ ਉਹ ਟਾਈਮ ਲੱਗ ਹੀ ਜਾਂਦਾ ਇੱਕ ਤੱਕ ਅੰਧਿਰਾ ਤੋਂ ਨਾਲ ਗੁੱਸਾ ਆਉਂਦਾਗਾ ਉਹਨਾਂ ਕਰਕੇ ਟਾਈਮ ਲੱਗਦਾ ਦੀ ਢੱਫੀ ਹੈ ਤੂੰ ਉਹ ਪਾਣੀ ਗਰਮ ਹੋ ਗਿਆ ਜੇ ਹੋਂ ਤਾਂ ਦੁਬਾਰਾ ਉੱਥੇ ਮੈਨੂੰ ਜਾਂਦਾ ਦੇਖ ਗਿਆ ਨਾ ਦੇਖ ਹੀ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਕਿੱਥੇ ਪਾਣੀ ਬਖਤੌਰੇ ਹੋਣੇਗਾ ਹਰ ਕਿੱਥੇ ਉਹ ਤਾਂ ਮੈਨੂੰ ਕਹਿੰਦੇ ਸੀ ਸ਼ਾਮ ਨੂੰ ਢੇੜਾ ਲਾਈ ਵੇ ਬੱਸ ਕਰ ਭਰਾਵਾ ਬੱਸ ਕਰ ਇੱਕ ਨਹੀਂ ਮਾਸੀ ਇੱਕ ਹੋਰ ਟੱਕਰ ਗਿਆ ਅੱਗੇ ਦਰਸ਼ਨੀ ਲੋਟ ਆਉਂਦਾ ਸੀਗਾ ਆ ਦਰਸ਼ੀ ਵੀ ਆ ਗਿਆ ਵੀ ਦਰਸ਼ੀ ਮੈਂ ਕਹਿ ਸਕਦੀ ਤੇਰਾ ਤਾਂ ਜੀਜਾ ਲੱਗਦਾ ਤੂੰ ਤਾਂ ਜੀਜਾ ਗਿਆ ਕਰ ਅੱਛਾ ਉਹ ਜਿਵੇਂ ਦੀ ਤੂੰ ਐਵੇਂ ਹੀ ਬੋਲੂਗਾ ਉਹ ਵੀ ਜੇ ਤੂੰ ਢੰਗ ਸਿਰ ਬੋਲੇਂਗੀ ਉਹ ਬੋਲੇ ਨਾ ਹਰ ਦਿਨ ਮੈਂ ਤੂੰ ਜੀ ਨਾ ਕਵਨ ਨਾਲ ਇੱਜ਼ਤ ਦੀ ਨਹੀਂ ਨਾਲ ਬੇਇੱਜ਼ਤੀ ਦੀ ਦਿਨ ਨੂੰ ਫੇਰ ਮੈਂ ਕੀ ਜੰਨੀ ਆ ਤੇਰੇ ਕਿਵੇਂ ਚੱਕਰ ਜੇ ਘੁੰਮੇ ਬੇ ਨੇ ਮੈਂ ਜਿਹੜੇ ਤੇਰੇ ਚੱਕਰ ਘਮਉਂਦੇ ਉਹਨਾਂ ਨੇ ਇਹਦੇ ਕਮਾਏ ਆ ਵੇਖ ਲਾ ਹਾਲ ਇਹਦੇ ਆਪਣੇ ਵਾਲੇ ਦੇ ਉਹ ਠੀਕ ਠਾਕ ਤਾਂ ਹੈਗਾ ਓਏ ਹਾਂ ਠੀਕ ਆ ਮੈਨੂੰ ਤੇਰੇ ਦਿਨ ਨਾ ਗੁੱਸਾ ਆਉਂਦਾ ਨਾ ਕ ਚੀਜ਼ਾਂ ਆਉਂਦੀਆਂ ਮੈਨੂੰ ਕੀ ਹੋਇਆ ਦਵਾਈ ਦੁਵਾਈ ਦਵਾਣੀ ਸੀ ਇਹਨੂੰ ਮੈਂ ਦਵਾਈ ਕਹਿੰਦੀ ਦਵਾਵਾ ਦਵਾਈ ਤਾਂ ਜਿਹੜੀ ਉਹਨੇ ਦੇਣੀ ਹੈ ਦੇ ਦਿੱਤੀ ਦਵਾਈ ਉਹ ਬਖਤੌਰੇ ਕੋਲੋਂ ਲੈ ਕੇ ਆਇਆ ਸੀ ਮੈਂ ਇਹ ਭਾਜੀ ਖਾ ਕੇ ਆਇਆ ਸੀ ਮੈਂ ਵੀ ਖਾਣਾ ਨਹੀਂ ਹੋਏ ਰੱਬਾ ਇੱਕ ਤਾਂ ਇਹਨੂੰ ਬੋਲੀ ਨੂੰ ਸਮਝਾ ਚੂਰਨ ਚੂਰਨ ਲਾਈ ਹੁੰਦੀ ਨੇ ਦੱਸ ਤੈਨੂੰ ਕਿਹੜਾ ਚੂਰਨਾ ਇਹ ਬਖਤੌਰੇ ਨੂੰ ਤਾਂ ਸਮਾਨ ਖਾਦਾ ਕੋਈ ਮੇਰੇ ਸੱਜੇ ਥੋੜਾ ਡੱਪਣ ਦਾ ਫਰਾ ਓਏ ਤੱਕ ਇਹਨੂੰ ਦਵਾਤਾ ਖਾਦਾ ਥੋੜਾ ਹੀ ਸੀ। ਉਹ ਕੁਝ ਨਹੀਂ ਹੋਇਆ ਇਹਨੂੰ। ਮੈਂ ਸਮਝ ਗਿਆ ਬਸ। ਬੇ ਮਹੀਨੇ ਤੋਂ ਪਤਾ ਵਾ ਕੀ ਹੋਇਆ ਕੀ ਨਹੀਂ ਇਹਨੂੰ ਵੀ ਸਮਝਾ ਦੇ। ਓਏ ਨਹੀਂ ਨਹੀਂ ਇਹਦਾ ਵੈਸੇ ਬੀਪੀ ਵਪੀ ਲੋ ਹੋ ਗਿਆ ਮੈਂ ਦਵਾਈ ਦਿਵਾ ਲਿਆਉਂਗਾ। ਚੱਲ ਕੁੜੀਏ ਤੂੰ ਵੀ ਕੰਮ ਕਰ ਜਾ ਕੇ ਚੱਲ ਉਧਰ। ਤੁਸੀਂ ਮੈਨੂੰ ਵੀ ਲਿਆ ਦੇ ਚੁੱਕੀ। ਦਲੂਸ ਖਾਣ ਨਾਲੇ ਸਾਡੇ ਜੋ ਪੱਲੇ ਰੱਖਿਆ ਸੀਗਾ ਇਹ। ਤੇਰੇ ਕੋਲੇ ਗਿਆ। ਚੁੱਪ ਹੋ ਜਾ ਕਿਉਂ ਮਰਵਾਏਗਾ ਮੈਨੂੰ ਨਾ ਕੀਸਲਾ ਕਰੀ ਜਾਂਦੇ ਜੇ ਤੁਸੀਂ ਦੋਨੋਂ ਹੀ ਉਹ ਕੁਝ ਨਹੀਂ ਕੁਝ ਨਹੀਂ ਕਰਦਾ ਯਾਰ ਉਹ ਭੈਣੇ ਦਵਾਈ ਕਹਿ ਰਹੇ ਸੀ ਕਿੱਥੋਂ ਲੈ ਕੇ ਆਉਣੀ ਹੈ ਹਾਂ ਮੈਨੂੰ ਦਵਾਈ ਦਿਵਾ ਕੇ ਲਿਆਉਣਾ ਆ ਠੱਲਾ ਜਾਨੀ ਹੈ ਠੀਕ ਹੋ ਜਾਊਗਾ ਇਹ ਬਸ ਕਰ ਬਸ ਕਰ ਆਪੇ ਠੀਕ ਹੋ ਜਾਊਗਾ ਦਵਾਈ ਮੈਨੂੰ ਬੜਾ ਕਿਹੜੀ ਦਵਾਈ ਇਹਨੂੰ ਤੂੰ ਉਹ ਨਹੀਂ ਡਾਕਟਰ ਦੀ ਲੈ ਕੇ ਜਾਊਗਾ ਸਾਰਾ ਦਿਨ ਵਹਿਮਾ ਪਰਮਾ ਜੀ ਪਈ ਰਹਿਨੀ ਆ ਤੂੰ ਚੱਲ ਲੈ ਕੇ ਚੱਲ ਮੈਂ ਵੀ ਮਗਰੇ ਉਹਨੀ ਦੁਕਾਨ ਤੇ ਫਿਰ ਫਿਰ ਤੂੰ ਵੀ ਦਿਵਾ ਲਿਆ ਜਾ ਕੋਈ ਨਹੀਂ ਉਹ ਨਹੀਂ ਮੈਂ ਚੱਲ ਸਹੀ ਤੂੰ ਮੈਂ ਵੀ ਵੇਖਾਂਗਾ ਕਿ ਡਾਕਟਰ ਇਹਨੂੰ ਦਵਾਈ ਦਿੰਦਾਗਾ ਚੱਲੀ ਆਪਾਂ ਫਿਰ ਚੱਲ ਓਏ ਤੁਸੀਂ ਰੋਟੀ ਬਾਣੀ ਬਣਾਓ ਯਾਰ ਅਸੀਂ ਆਉਣੇ ਆ ਮੈਂ ਇਹਨੂੰ ਨਿੰਬੂ ਨਾ 10 ਮਿੰਟ ਕਿੱਥੇ ਹੋਣਾ ਚਾਹੀਦੇ ਜੇ ਓਏ ਆ ਜਾਾਂਗੇ ਆ ਜਾਾਂਗੇ ਯਾਰ ਨੀ ਚੋਪਾ ਰ ਟਿਕ ਜਾ ਤੂੰ ਆਈ ਚੁਰਨ ਦੀ ਕਹ ਲੱਗਦੀ ਨਾ ਹੋਵੇ ਦਾ ਗੁੱਤ ਨਹੀਂ ਜੀ ਨਾ ਕਮੋਣੀ ਪਹਿਲੇ ਮੈਨੂੰ ਤੇਰੀ ਓਖਾ ਕੀਤਾ ਲਉ ਪੀ ਰਖਿਆ ਸਾਰੇ ਟੱਬਰ ਨੇ ਮੇਰਾ ਮੈਂ ਮਤਲਬ ਡੰਗ ਫੜਨੀ ਪਣੀ ਇੰਦਾ ਸਾਰੇ ਦੁਆਲੇ ਫੇਰੇ ਸੁੱਤਰ ਆਉਣੇ ਇਹ ਚੂਰਲੇ ਚੂਰਲੇ ਕਰਦੇ ਪਏ ਐ ਚੀਜ਼ ਤਾਂ ਕੁਝ ਵਧੀਆ ਹੀ ਹੋਣੀ ਕਿਹਾ ਤਾਂ ਹੈਗਾ ਕੁਦਦੇ ਨੂੰ ਮੈਂ ਵੀ ਖਾ ਕੇ ਦੇਖਣਾ ਇੱਕ ਟੁੱਟ ਪੈਣੀ ਅੱਗ ਨਹੀਂ ਬਲਦੀ ਹੈ ਕਿੱਥੇ ਚੁੱਲੇ 'ਚ ਮਾਰਿਆ ਮੈਨੂੰ ਇਹਨਾਂ ਨੇ ਗਿਜਰ ਵੀ ਨਹੀਂ ਲਵਾ ਕੇ ਦੇ ਸਕਦੇ ਕਰਦੀਆਂ ਕੁਦਦੇ ਨਾਲ ਗੱਲ ਸਾਸਰੀ ਕਾ ਭਾਬੀ ਏਹ ਜਲੇ ਬੋਲਦੀ ਨਹੀਂ ਇਹ ਤਾਂ ਠੰਗਦੀ ਐ ਹੌਲੀ ਹੌਲੀ ਸੰਗ ਸੁੱਲ ਜੂਗੀ ਨਾ ਤੁਸੀਂ ਉਹਨੂੰ ਬਲਗ ਟਿੰਡੇ ਲੈਣੇ ਉਹਨ ਤੋਂ ਆਹ ਸਾਸਰੀ ਘਰ ਆ ਬੰਦੀ ਸਾਸਰੀ ਘਰ ਸਾਸਰੀ ਘਰ ਕੀ ਹੋ ਗਿਆ ਤਪੀ ਜੀ ਪਈ ਐ ਬੜੀ ਗਰਮ ਹੋਈ ਪਈ ਐ ਹਵਾ ਆ ਬਹਿ ਜਾ ਯਾਰ ਇਹਦਾ ਬੋਲੀ ਜਾਂਦੀ ਮੈਂ ਤਾਂ ਬਹਿਣ ਲਈ ਵੀ ਨਹੀਂ ਕਿਹਾ ਤੁਹਾਨੂੰ ਅਸੀਂ ਤਾਂ ਬੈਠਾਂਗੇ ਮੇਰੇ ਘਰੇ 와ੜ ਕੇ ਖੁਸ਼ ਨਹੀਂ ਤੁਹਾਨੂੰ ਪਾਣੀ ਪਿਆਦੇ ਭਾਬੀ ਹੋਰ ਨਹੀਂ ਜੇ ਉਹ ਕਈ ਦਿਨਾਂ ਬਾਅਦ ਤਾਂ ਭਾਬੀ ਤੁਹਾਡੇ ਘਰ ਆਏ ਆ ਅਸੀਂ ਦੁਖੀ ਕਿਉਂ ਹੋਈਆਂ ਸਾਡੇ ਤੋਂ ਵੇ ਮੈਨੂੰ ਪਤਾ ਤੁਸੀਂ ਕਿਉਂ ਆਏ ਜੇ ਅਰੇ ਤਾਂ ਤੈਨੂੰ ਪਤਾ ਹੀ ਆ ਫਿਰ ਕਿਉਂ ਆਏ ਆ ਦੱਸ ਦੇ। ਚੁਰਨਾ ਚੁਰਨਾ ਤੈਨੂੰ ਮੈਂ ਪਹਿਲਾਂ। ਅ ਚੁਰਨਾ ਗੁੱਡੀ ਚੁਰਨਾ ਲਿਆ ਦਿੰਨੇ ਆ ਕਿਹੜੀ ਗੱਲ ਦੇ ਚਾਲਿਆ ਚੁਰਨਾ। ਚੁਰਨ ਦੀ ਕਿਹੜੀ ਗੱਲ ਆ ਚੁਰਨਾ ਆਪਣੇ ਕੋਲ ਆ। ਇਹ ਬਸ ਕਰ ਬਸ ਕਰ। ਦੇਣਾ ਚੁਰਨ ਤੂੰ ਹੀ ਨੂੰ। ਖਾ ਕੇ ਵੇਖ ਲੈਣ ਦੋ। ਪਹਿਲਾਂ ਤੇ ਮੇਰੇ ਭਾਈ ਨੂੰ ਜਿਹੜਾ ਖਵਾ ਕੇ ਹੜੇ ਜੋ ਆ ਕੇ ਉੱਠਿਆ ਹੀ ਨਹੀਂ ਆ। ਉਹ ਪਾ ਭੀਜੇ ਕੋਈ ਕੰਮਕਾਰ ਕਰੇਗਾ ਤਾਂ ਹੀ ਵਧੀਆ ਚੂਰਨ ਹੁੰਦਾ ਔਰ ਜੇ ਸੌ ਕੇ ਰਹੇ ਫਿਰ ਥੋੜਾ ਸਹੀ ਰਹਣਾ ਹੈ ਥੋੜਾ ਸੌਣ ਵਾਸਤੇ ਥੋੜਾ ਹੁੰਦਾ ਇੱਕ ਕੰਮ ਕਰ ਜੋ ਕਰ ਤੁਸੀਂ ਦਰਸ਼ੀ ਨੂੰ ਨਹੀਂ ਛੱਡਿਆ ਉਹਨੂੰ ਕਿ ਛੱਡਣਾਗਾ ਤੁਸੀਂ ਅੱਛਾ ਚਲੋ ਭਾਬੀ ਤੁਹਾਡੇ ਭਾਬੀ ਕੁਝ ਵਿਗੜਿਆ ਨਹੀਂ ਅਸੀਂ ਵੀ ਤੇ ਖਾਣਿਆਂ ਨਾਲੇ ਕੰਮ ਕਰਦੇ ਹਾਂ ਮੈਂ ਤੂੰ ਛੜੇ ਤਾੜੇ ਕੋ ਟੱਬਰ ਆ ਨਹੀਂ ਜਿੱਲਾ ਦੇ ਟੱਬਰ ਨਹੀਂ ਹੈਗੇ ਉਹ ਹੀ ਕੰਮ ਕਰਦੇ ਨੇ ਹਾਂ ਉਹ ਹੀ ਕਰਦੇ ਉਹਨਾਂ ਦੀ ਸੌ ਜ਼ਿੰਮੇਵਾਰੀਆਂ ਹੁੰਦੀਆਂ ਤੁਹਾਡੇ ਕੋਲ ਜ਼ਿੰਮੇਵਾਰੀ ਹਾਂ ਅਸੀਂ ਤਾਂ ਭਾਬੀ ਐਵੇਂ ਕਹਿਣ ਆਈ ਸੀ ਉਹ ਜਿਹੜੇ ਘਰ ਦੀ ਗੱਲ ਕਰਦੇ ਆ ਸਾਡੇ ਦੀ ਉਹ ਖਾਲੀ ਹੋ ਗਿਆ ਤੇ ਜੇ ਜਾਣਾ ਹੈ ਸਾਡੇ ਨਾਲ ਤੁਸੀਂ ਬਗਜ ਵਾਸਤੇ ਜਾਣਾ ਹੀ ਹੈ ਵੀ ਤੁਸੀਂ ਜਾਓ ਐਸੋ ਸਮਝ ਕੇ ਆਵਾਂਗੇ ਐਵੇਂ ਨਹੀਂ ਹੁੰਦੇ ਚਲ ਮਰਜੀ ਹੈ ਬੱਡੇ ਪਹਿਣਗੇ ਤੁਹਾਡੇ ਹੀ ਫੇੜ ਕੇ ਸਾਡਾ ਕੀ ਜਾਣਾ ਹੈ ਵੀ ਨਾ ਹੱਡ ਗਲ ਢੰਬੇ ਪਹਿਣਗੇ ਉਹ ਗੱਲ ਉੱਡੀ ਪਈ ਆ ਪਿੰਡ 'ਚ ਕਾ ਵੀ ਆ ਇਤਨਾ ਆ ਜਿਹੜਾ ਚੰਨ ਚੜਿਆ ਕੋਈ ਨਹੀਂ ਸਾਹਮਣ ਲਗੇ ਇਹ ਆਪੀ ਇੰਨੇ ਜੋਗੇ ਹੈਗੀਆਂ ਅਸੀਂ ਕਿਤੇਗਾ ਪਤਾ ਲੱਗੇਗਾ ਸਾਹਮਣ ਲੇਗੀ ਹਾਂ ਉਹ ਨਹੀਂ ਦੇਖ ਲਾਂਗੇ ਤੁਹਾਨੂੰ ਸਾਹਮਣਿਆਂ ਨੂੰ ਫੇਰ ਸਾਨੂੰ ਫੇਰ ਬੁਲਾਵੋਗੇ ਤੁਸੀਂ ਸਰਨਾ ਫੇਰ ਨਹੀਂ ਕਿਉਂ ਨਹੀਂ ਸਰਨਾ ਵੇ ਹਾਂ ਐ ਟਿੱਕੇ ਤੁਸੀਂ ਚੌਥਰੀ ਲੱਗੇ ਪੁੱਤ ਵੀ ਹਈਆਂ ਸਾਨੂੰ ਵੀ ਬੰਦਿਆਂ ਦੀ ਲੋੜ ਉੱਥੇ ਕੰਮਕਾਰ ਇਕੱਠੇ ਕਰਾਂਗੇ ਆਪਾਂ ਹਾਂ ਹੁਣ ਅਸੀਂ ਆਪ ਖੇਤੀ ਕਰਨੀ ਸਰਨਾ ਕਰਾਓ ਕੰਮ ਤੁਸੀਂ ਦੀਦੀ ਮੈਂ ਨਹੀਂ ਕੰਮਕੁਮ ਕਰਨਾ ਨਾ ਚੂਰਨ ਖਾਂਦੇ ਤੈਨੂੰ ਬਹੁਤ ਸ਼ਮਖ ਚੜਿਆ ਹਨ ਖੇਤੀ ਵੀ ਕਰਨੀ ਪਊਗੀ ਫੇਰ ਲੈ ਚਲੋ ਰੋਂਦਾ ਮੈਂ ਤਾਂ ਕਹਿੰਦੀ ਸੀ ਮੇਰਾ ਵੀ ਟਿੱਡ ਪੀੜ ਹੁੰਦਾ ਹੈ ਲੈ ਟੇੜਤਾ ਇੱਕ ਮਿੰਟ ਚ ਐ ਠੀਕ ਹੋ ਜਾਂਦਾ ਹੈ ਵੈਰ ਐਂਡ ਹੋ ਰਾਂਡ ਸਾਨੂੰ ਡਾਕਟਰ ਦਿਖਦਾ ਉੱਥੇ ਜਾ ਕੇ ਦਵਾਈ ਲੈ ਆਵਾਂਗੇ ਦੀਦੀ ਲੈ ਲਾਂ ਨੂੰ ਡਾਕਟਰ ਦੇ ਪੈਸੇ ਦੇਣੇ ਪੈਣ ਬਸ ਕਰੋ ਹੋਰ ਨਾ ਮੈਨੂੰ ਵੇਲਣਾ ਫੜਨਾ ਪੈ ਜਾ ਇਹਨੂੰ ਚੂਰਨ ਖਵਾਣਾ ਹੀ ਪੈਣਾ ਬਤੌਰਿਆ ਲੱਗਦਾ ਬਸ ਕਰੋ ਬਸ ਕਰੋ ਕਿ ਇਹਨੂੰ ਨਿਲਾ ਦਿਓ ਹੁਣ ਨਹੀਂ ਲੱਗਦੀ ਓਏ ਵੀ ਤੂੰ ਤਾਂ ਐਵੇਂ ਥਪੀ ਨਹੀਂ ਆਵੇਂਂ ਦੱਸ ਕੁੱਦਾ ਤੇ ਦਰਸ਼ੀ ਨਹੀਂ ਦਿਸਦੇ ਫੇ ਕਿਸੇ ਪਾਸੇ ਕਿੱਧਰ ਨਹੀਂ ਮੇਰੇ ਤਾਂ ਟੱਪ ਗਏ ਜਿਹੜਾ ਟੱਪਣਾ ਸੀ ਉਹਨਾਂ ਨੇ ਟੱਪ ਗਏ ਟੱਪ ਗਏ ਹਾਏ ਰੱਬ ਉੱਪਰ ਨਹੀਂ ਅੱਛਾ ਕੀ ਬੋਲ ਓ ਮੈਂ ਆਪਰੇ ਕਿ ਤੱਪ ਕੇ ਹੁਣ ਸਾਨੂੰ ਤਾਂ ਪਤਾ ਲੱਗਿਆ ਤੱਪ ਕਿੱਧਰ ਗਏ ਘੱਟ ਡੱਫ ਲਿਆ ਕਰੋ ਘੱਟ ਡੱਫ ਲਿਆ ਕਰੋ ਹਰ ਗੱਲ ਦਾ ਮਤਲਬ ਗਲਤੀ ਕੱਢਦੇ ਜੀ ਤੁਸੀਂ ਚੱਲੋ ਅਸੀਂ ਤਾਂ ਮਜ਼ਾਕ ਕਰਦੇ ਆਂ ਭਾਬੀ ਨਾਲ ਤੈਨੂੰ ਪਤਾ ਹੈ ਹੋਲੀਆਂ ਨੇੜੇ ਆ ਗਈਆਂ ਰੰਗ ਰੂਗ ਲਾਵਾਗੇ ਗੁੱਸਾ ਨਾ ਕਰੀ ਵੇ ਸਾਡੇ ਘਰੇ ਆਉਣ ਦੀ ਕੋਈ ਲੋੜ ਨਹੀਂ ਠੀਕ ਹੈ ਬਖਤੋ ਰਿਆ ਮੈਂ ਤਾਂ ਇਹਦੇ ਨਾਲ ਖੇਡੂਗਾ ਐ ਕਿੱਧਰ ਖੇਡ ਲਾਏ ਰੰਗ ਰੂਗ ਮੈਂ ਨਹੀਂ ਲਵਾਉਣਾ ਮੈਂ ਤਾਂ ਲਾਉਂਗਾ ਐ ਕਿਵੇਂ ਲਾਏਂਗਾ ਤੂੰ ਰਿਸ਼ਤੇਦਾਰ ਆ ਸੀ ਤੋਡੇ ਫਿਰ ਵੀ ਤਾਂ ਕਿਹਨੇ ਰਿਸ਼ਤੇਦਾਰ ਲੈ ਜਹ ਲਿਆ ਦਾਸ ਜੀ ਆ ਰਿਹਾ ਬੋਲ ਜਾਂਦੀ ਹੈ ਚਲ ਚੱਲੇ ਵਾਲੀ ਨਾ ਪੱਜਦੀ ਫਿਰਦਾ ਸੀ ਉਹਦੇ ਨਾਲ ਖੇਡ ਲੈਂਦੇ ਹੋਲੀ ਹੁਣ ਦਾ ਚੱਲ ਤੁਸੀਂ ਭਾਬੀ ਤੱਕ ਤੁਹਾਡੇ ਨਾਲ ਰਿਸ਼ਤੇਦਾਰੀ ਤਾਂ ਹੀ ਅਸੀਂ ਹੋਣਾ ਇੱਥੇ ਵੇ ਹੋਲੀ ਖੇਡਣ ਦਾ ਕੋਈ ਮਤਲਬ ਨਹੀਂ ਅਸੀਂ ਕਰਦੇ ਆਪ ਹੀ ਖੇਡ ਲਾਂਗੇ ਅਸੀਂ ਵੀ ਤੇ ਭਾਬੀ ਕਰਦੇ ਆਂ ਵੇ ਬਸ ਕਰ ਅੱਗੋਂ ਪਿੱਛੋਂ ਨਹੀਂ ਲੈਣਾ ਅੱਛਾ ਵੱਡਾ ਭਰਾ ਹੀ ਸਮਝ ਲਓ ਇਹਨੂੰ ਵੇ ਕੈਂਚ ਤੇ ਕਰਨ ਚ ਬਹੁਤ ਫਰਕ ਹੁੰਦਾਗਾ ਨਲੇ ਭਰਾਵਾਂ ਨਾਲ ਕੌਣ ਹੋਲੀ ਖੇਡਦਾ ਉਹ ਚੱਲ ਜੇਠਾ ਨਾਲ ਤਾਂ ਖੇਡੋਗੇ ਐਵੇਂ ਕਿਉਂ ਬਹੁਤਾ ਅੱਗੇ ਨਾ ਵੱਧ ਤੂੰ ਤੋ ਚੱਲ ਚੱਲੀਏ ਚੱਲਿਆ ਇਹ ਤਾਂ ਤਪੀਆਂ ਪਈਆਂ ਨੇ ਦੋਈ ਔਖਾ ਹੋਰ ਔਖਾ ਇਹਨਾਂ ਦਾ ਤਾਂ ਚੂਰਨ ਤੱਕ ਦੇ ਚੁੱਪ ਕਰਿਆ ਨੀ ਇੱਕ ਮਾਰੂ ਵੀ ਦੇ ਚੂਰਨੇ ਨੂੰ ਓਏ ਤੈਨੂੰ ਮੈਂ ਖਵਾ ਦਾਂਗਾ ਚੂਰਨ ਹੈਗਾ ਮੇਰੇ ਕੋਲ ਵੇ ਬਸ ਕਰ ਬਸ ਕਰ ਜੁੱਤੀ ਨਾਲ ਹੋਣੀ ਪੈ ਜੈ ਮੈਨੂੰ ਲੰਘ ਜਾ ਹਣ ਆ ਭਾਬੀ ਆਵਾਂਗੇ ਅਸੀਂ ਰੰਗ ਲਾਣ ਵੇ ਬਸ ਕਰ ਜਦੋਂ ਮੈਂ ਤੁਹਾਡੇ ਲੈਣ ਸ਼ਗਲ ਹੀ ਪਛਾਣੀ ਦੇਣੀ ਡਾਡੀ ਰੰਗ ਤਾਂ ਜ਼ਰੂਰ ਲਾਵਾਂਗੇ ਭਾਬੀ ਪਰ ਚਲ ਜਲਦੇ ਕਿ ਨਹੀਂ ਇਹ ਚੈਲ ਦਾ ਤਾਂ ਚਿੱਟਾ ਰੰਗ ਲਾਣਾ ਪੈਣਾ ਜਿਵੇਂ ਦਾ ਰੰਗ ਇਹਦਾ ਉਹ ਚੱਲ ਜਿਹੜਾ ਮਰਜ਼ੀ ਲਾ ਦੀ ਲਾ ਤਾਂ ਦੇ ਤੇਰੇ ਤੇ ਮੈਂ ਟੋਕੇ ਦੀ ਗਰੀਸ ਲਾਉਂ ਗਰੀਸ ਜਿਹੜਾ ਕੁਝ ਮਰਜ਼ੀ ਲਾ ਦੀ ਮੈਨੂੰ ਮਨਜ਼ੂਰ ਹੈ ਚੱਲ ਓਏ ਵਈਆ ਤਾਂ ਬਾਲੀਆਂ ਤਪੀਆਂ ਚੁੱਪ ਗਿਆ ਜਾਨੀ ਤੈਨੂੰ ਤਾਂ ਮਾਰੀ ਚੂਰਨਾ ਤੈਨੂੰ ਨਾ ਕੱਲੀ ਨੂੰ ਬੈਗ ਸਮਝਾਉਣਾ ਪੈਣਾ ਚੂਰ ਕਿਹੜਾ ਹੁੰਦਾਗਾ ਜਿੱਦੀ ਫਿਰ ਲਿਆ ਤਾ ਆ ਗਿਆ ਕੰਮ ਕਰਾ ਮੇਰੇ ਨਾਲ ਆਈ ਚੂਰਨੀ ਕੋਈ ਲਾ ਦੀ ਚੱਲ ਅੰਦਰ ਮੈਂ ਜਣਖਣੇ ਨੇ ਮੂੰਹ ਨਾ ਲੱਗਿਆ ਕਰਦੇ ਦੱਸਾਂ ਮੈਂ ਬਖਤੌਰੀਆ ਦਰਚੀ ਦੇ ਕੁੱਦਾ ਗਏ ਕਿੱਥੇ ਉਹ ਪਤੰਦਰਾ ਅੰਨਾ ਮੋਟਾ ਤਾਂ ਉਹਨੇ ਕਾਰ ਮਾਰਿਆ ਕੁੱਦੇ ਨੇ ਉਹ ਕਬਜ ਕੁਬਜ ਹੋ ਗਈ ਹੁਣੇ ਟੱਟੀਾਂ ਵਾਲੀ ਦਵਾਈ ਲੈਣਗੇ ਨੇ ਡਾਕਟਰ ਕੋਲ ਉਹ ਵੀ ਬੇਸਬਰਾਈ ਹੋ ਗਿਆ ਉਹ ਨਵਾਂ ਨਵਾਂ ਸ਼ਿਕਾਰੀ ਐ ਮੋਟੀ ਖਾ ਗਿਆ ਪਤੰਦਰ ਉੰਜ ਕਿੱਲ ਦਾ ਤੇ ਬੜਾ ਹੋਣਾ ਹੈ ਨਾ ਉਹਨੂੰ ਪਤਾ ਨਹੀਂ ਸੀ ਸਾਲਾ ਆਪਣਾ ਮਜ਼ਾਕ ਕਿਤੇ ਮਹਿੰਗਾ ਨਾ ਪੈ ਜੇ ਕਮਾ ਕੋਈ ਨਹੀਂ ਉਹਨੂੰ ਵੀ ਲੱਗ ਜਗਾ ਹੌਲੀ ਵਾਲੀ ਪਤਾ ਵੀ ਕੀ ਚੀਜ਼ ਹੁੰਦੀ ਆ ਉਹ ਆ ਦਰਜੀ ਆ ਗਏ ਤੁਹਾਡੀ ਦਰਜੀਆ ਆ ਗਏ ਭਾਈ ਅਸਤਾ ਤੁਹਾਡੇ ਘਰ ਗਿਆ ਸੀ ਤੁਸੀਂ ਤਾਂ ਮਿਲੇ ਹੀ ਨਹੀਂ ਸਾਨੂੰ ਯਾਰ ਹਾਲ ਚਾਲ ਪੁੱਛਣ ਗਿਆ ਸੀ ਤੇਰਾ ਮੇਰਾ ਹਾਲ ਕਾ ਦਾ ਪੁੱਛਣਾ ਉਹਨੂੰ ਕੀ ਕਰਤਾ ਤੰਦਰੋ ਤੁਸੀਂ ਓਏ ਹਾਲ ਤਾਂ ਮੇਰਾ ਪੁੱਛੋ ਯਾਰ ਕੀ ਹੋਇਆ ਕੁਦਿਆ ਤੈਨੂੰ ਉਹ ਸਿਰ ਭਰੀ ਭਰੀ ਤੇ ਢੇਡੇ ਵਟਿਆ ਪੈ ਰਿਆ ਤੇ ਖੋ ਜਾ ਪਈ ਜਾਂਦਾ ਬਾਈ ਹਵਾ ਜੀ ਨਿਕਲਦੀ ਏ ਕੋ ਕੱਲੀ ਹਵਾ ਹੀ ਨਿਕਲ ਰਹੀ ਆ ਹੋਰ ਕੁਛ ਨਹੀਂ ਨਿਕਲ ਰਿਹਾ ਓਏ ਉਂਜੀ ਪੱਕੀ ਹਵਾਣਾ ਕੜਦੇ ਬਤੰਦਰੋ ਦੀ ਕਿਤੇ ਓ ਓ ਖੁੱਧਿਆ ਮੇਰੀ ਗੱਲ ਸੁਣ ਬਹਿ ਜਾ ਜੇ ਬੰਦਾ ਖਾ ਕੇ ਚੂਰਨ ਨੂੰ ਕੰਮਕਾਰ ਕਰਦਾ ਫਿਰ ਵਧੀਆ ਰਹਿੰਦਾ ਸਰੀਰ ਲਈ ਤੂੰ ਜਾਂਦਾ ਕੋਈ ਕੰਮਕਾਰ ਕੀਤਾ ਕਿ ਨਹੀਂ ਓਏ ਕੰਮ ਕਰਨ ਜੋਗਾ ਹੋਵਾਂਗਾ ਤਾਂ ਕਰਾਂਗਾ ਕੀ ਕਰਾਂ ਤਾ ਸੌਂ ਗਿਆ ਤੂੰ ਜਾ ਕੇ ਓਏ ਮੇਰਾ ਤਾਂ ਬਾਲਾ ਕਮਾਤਾ ਸੀ ਯਾਰ ਉਹ ਗਈ ਲੈ ਕੇ ਤੂੰ ਨਰੇਗਾ ਵਾਲਿਆਂ ਜੀ ਤੁਰ ਜਾਂਦਾ ਓਏ ਉਹਨੂੰ ਫੜ ਕੇ ਤਾਂ ਡਾਕਟਰ ਕੋਲ ਲੈ ਗਏ ਮੈਂ ਯਾਰ ਤੁਸੀਂ ਨਰੇਗਾ ਦੀਆਂ ਗੱਲਾਂ ਕਰੀ ਜਾਂਦੇ ਹੋ ਹੈ ਹੋਰ ਜ਼ਿਆਦਾ ਹੀ ਹੋ ਗਿਆ ਇਹ ਚਲ ਕੋਈ ਤੁਸੀਂ ਦੇਖ ਤਾਂ ਲੰਦੇ ਵੀ ਜਵਾਕ ਐ ਉਹ ਚੂਰਨ ਥੋੜਾ ਜਿਆਦਾ ਹੋਰ ਖਾਣੇ ਦੱਸ ਖਵਾ ਦਿੰਨੇ ਆ ਐ ਵੀ ਗਰਸ਼ੀਆ ਦੇਖ ਲੈ ਖਾਣਾ ਜਿਹੜੀ ਹਵਾਜੀ ਆਂਦੀ ਐ ਜੋ ਵੀ ਬੰਦ ਕਰਾਉਣੀ ਆ ਤਾਂ ਨਾ ਨਾ ਬਾਈ ਹੋਰ ਨਹੀਂ ਬਸ ਕਉ ਤੇ ਆਹੀ ਤਾਂ ਮਾਰੀਆ ਤੇਰੇ ਨਾਲ ਚਾਲੇ ਨਹੀਂ ਕੀਤੀ ਆ ਬੈਣ ਦੇ ਯਾਰ ਨੇ ਉਹ ਨਹੀਂ ਯਾਰ ਆਪਾਂ ਦਾ ਸਵਾਇਆ ਸੀ ਕਿਸੇ ਚੱਕਰ ਨਾਲ ਉਹ ਨਾਲ ਤੇਰੀ ਲਾਣੇਦਾਰ ਨਹੀਂ ਕਹਿੰਦੀ ਸੀ ਚੁਰਨਖਾਨ ਨੂੰ ਅਸੀਂ ਘਰ ਜਾ ਕੇ ਆਏ ਆ ਹੁਣ ਤੇ ਓਏ ਨਾ ਨਾ ਬਾਈ ਆ ਕੰਮ ਨਾ ਕਰਿਓ ਮੈਂ ਨਾ ਚੁੰਡੀ ਲਵਾ ਦੀ ਇਹਨੂੰ ਵੀ ਓਏ ਕਾਨੂੰ ਕੰਜਰਖਾਨਾ ਹੋਰ ਨਾ ਛੇੜਦੇ ਯਾਰ ਪਹਿਲਾਂ ਸਾਨੂੰ ਦੋਨਾਂ ਨੂੰ 75 ਰੁਪਏ ਨੇ ਘਰੋਂ ਹੁਣ ਉਹ ਨਹੀਂ ਭਰਾਵਾ ਦਰਸ਼ੀਆ ਕੁਝ ਨਹੀਂ ਕਹਿੰਦੇ ਅਸੀਂ ਤੁਹਾਨੂੰ ਕੁਝ ਨਹੀਂ ਛੇੜਦੇ ਚਲ ਹੁਣ ਦਵਾਈ ਤੂੰ ਵੀ ਖਾ ਲਈ ਹੋ ਜਾਏਗਾ ਠੀਕ ਆ ਓਏ ਦਵਾਈ ਤਾਂ ਦਵਾਤੀ ਬਾਈ ਹੁਣ ਐ ਤਾਂ ਦੱਸੋ ਵੀ ਇਹ ਸੈਟ ਕਿਵੇਂ ਹੋਊਗਾ ਓਏ 1-2 ਦਿਨ ਤਾਂ ਲੱਗਣਗੇ ਇਹਨਾਂ ਨੂੰ ਕੰਮਕਾਰ ਪੂਰਾ ਜ਼ੋਰ ਦਾ ਕੰਮ ਕਰੇ ਨਾ ਇਹ ਨੂੰ ਠੀਕ ਹੋ ਜਾਏਗਾ ਓਏ ਕੰਮ ਯਾਰ ਉਹਨਾਂ ਨੂੰ ਪਾਂਡੇ ਮਾਂਜਣ ਲਾ ਦੀਏ ਘਰੇ ਯਾਰ ਇਹਨੂੰ ਕੰਮ ਲੱਗ ਜਾਣਾ ਪੂਰਾ ਠੀਕ ਹੋਏਗਾ ਯਾਰ ਦਰਸ਼ੀ ਤੂੰ ਵੀ ਉਹੀ ਗੱਲਾਂ ਕਰਦਾ ਕਈ ਚਲਾਏ ਕੋਈ ਖੇਤੀ ਦਾ ਕੰਮ ਕਰੇ ਫਿਰ ਸਰੀਰ ਖੁੱਲੇਗਾ ਯਾਰ ਖਾਂਦੇ ਕਾਦੇ ਵਾਸਤੇ ਨੇ ਲੋਕ ਕੰਮ ਕਰਨ ਵਾਸਤੇ ਖਾਂਦੇ ਨੇ ਇਹ ਲੰਮਾ ਪੈ ਗਿਆ ਜਾ ਕੇ ਸੁਣ ਲੈ ਗੱਲ ਮੇਰੀ ਜਦੋਂ ਮੈਂ ਕਹਿੰਨਾ ਕਿ ਤੇ ਕੰਮ ਲੱਗ ਜਾ ਕੰਮ ਲੱਗ ਜਾ ਕਹਿ ਦਿੰਦਾ ਮੈਨੂੰ ਹੋਰ ਰੈਸਟ ਕਰ ਲੈਣ ਦੇ ਰੈਸਟ ਕਰ ਲੈਣ ਦੇ ਕੰਮ ਲੱਗ ਜਾ ਬਤੰਦਰਾ ਉਹ ਕੋਈ ਗੱਲ ਨਹੀਂ ਬਾਈ ਕਰਾਂਗਾ ਹੁਣ ਕੰਮ ਕਰਾਂਗਾ ਜਾ ਕੇ ਚੱਲ ਹੁਣ ਸਿਆਣਾ ਹੋ ਗਿਆ ਚਲੋ ਹੁਣ ਜਾ ਕੇ ਕਰਾਂਗਾ ਕੰਮ ਠੀਕ ਚੱਲ ਯਾਰ ਇਹਦਾ ਬਿੱਲ ਲੈਨੇ ਆਪਾਂ ਚੱਲੀਏ ਇੱਕ ਕੰਮ ਹੋਰ ਜਾਸੀ ਵੀ ਕੰਮ ਕਰਨਾ ਸੀ ਯਾਰ ਚੱਲੀਏ ਫਿਰ ਆਪਾਂ ਚੱਲੀਏ ਚੱਲ ਬਾਈ ਚੱਲ ਜਾਓ ਅਸੀਂ ਵੀ ਕੰਮ ਜਾਣਾ ਆ ਜਾ ਲਿਆ ਬਤੰਦਰੇ ਚੱਲਾਂਗੇ ਆ ਜਾ ਆ ਜਾ ਆ ਜਾ ਹੁਣ ਨਾ ਥੱਕੇ ਚੜੀ ਇਹਨਾਂ ਦੇ ਜੱਲਿਆ ਹੋਈ ਤਾਂ ਮਾਰੀ ਐ ਕੁੱਤੇ ਨੂੰ ਹੱਥ ਲਾ ਹਲਾ ਵੇਖਦਾ ਹੁਣਾ ਇੰਜ ਵੇਨਦਾ ਹੁਣਾ ਇੰਜ ਦਾ ਗੈਸ ਤਾਂ ਨਿਕਲਦੀ ਐ ਗੈਸ ਹੀ ਨਿਕਲੀ ਐ ਹੋਰ ਨਹੀਂ ਆਇਆ ਕੁਝ ਔਰ ਤਾਂ ਭੁੱਲ ਜਾ ਕਿਤੇ ਲੱਗਣਗੇ ਚੱਲ ਚਲੀ ਹੱਥ ਕਿਤੇ ਲੱਗੇ ਨੇ ਫੇਰ